ਮੇਰਾ ਨਾਮ ਜਸਕਰਨ ਸਿੰਘ ਹੈ ਜੀ ਮੈਂ ਬੱਸ ਸਟੈਂਡ ਇੰਚਾਰਜ ਹਾਂ ਕੀ ਕਹਿਣਾ ਚਾਹੁੰਗਾ ਇੱਥੇ ਇੱਕ ਔਰਤ ਫਿਰਦੀ ਹੈਗੀ ਜਿਵੇਂ ਨਸ਼ਾ ਕੀਤਾ ਹੋਵੇ ਹਾਂਜੀ ਇੱਕ ਔਰਤ ਇੱਥੇ ਫਿਰਦੀ ਹੈ ਸਵੇਰ ਤੋਂ ਹੀ ਅਸੀਂ ਚੌਕੀ ਇਤਲਾਹ ਵੀ ਕਰ ਦਿੱਤੀ ਸੀ ਜੀ ਉਹ ਰਾਹਗੀਰਾਂ ਨੂੰ ਜਾਂਦੇ ਬੜਾ ਮੰਦਾ ਚੰਗਾ ਬੋਲਦੀ ਹੈ ਅਤੇ ਸ਼ਾਇਦ ਉਹਦਾ ਮੈਨੂੰ ਲੱਗਦਾ ਵੀ ਕਿ ਕਿਤੇ ਕਿਤੇ ਕੋਈ ਡਰਿੰਕ ਵਗੈਰਾ ਜਾਂ ਕੋਈ ਨਸ਼ਾ ਹੋਰ ਕੀਤਾ ਹੋਇਆ ਉਹਦਾ ਅਤੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਨੂੰ ਨੱਥ ਪਾਈ ਜਾਵੇ ਅਤੇ ਬੱਸ ਸਟੈਂਡ ਦੇ ਵਿੱਚ ਜਿਹੜੇ ਲੋਕ ਆਮ ਸਵਾਰੀਆਂ ਆਉਂਦੀਆਂ ਅਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਅਤੇ ਪਲੱਸ ਜਿਹੜੇ ਰਾਹਗੀਰੀਆਂ ਕੁੜੀਆਂ ਬੁੜੀਆਂ ਜਿਵੇਂ ਜਾਂਦੀਆਂ ਇਹਨਾਂ ਨੂੰ ਬੜਾ ਮੰਦਾ ਚੰਗਾ ਬੋਲਦੀ ਹੈ ਅਤੇ ਕੱਪੜੇ ਤੱਕ ਵੀ ਲਾ ਦਿੰਦੀ ਹੈ ਕਿੰਨੇ ਕੁ ਦਿਨ ਤੋਂ ਇੱਥੇ ਇਹ ਰਹਿ ਰਹੀ ਹੈ ਨਹੀਂ ਇੱਕ ਦੋ ਦਿਨਾਂ ਤੋਂ ਆਈ ਸੀ ਸਰ ਅੱਜ ਕੋਈ ਤੜਕੇ ਸਵੇਰ ਹੀ ਆਈ ਹੈ ਸਵੇਰ ਕੋਈ ਦੀ ਡਰਿੰਕ ਵਗੈਰਾ ਕੀਤੀ ਹੋਈ ਸੀ ਜਿਹੜਾ ਅਸੀਂ ਨਾਲ ਦੇ ਚੌਕੀ ਚਾਰਜ ਨੂੰ ਦੱਸਿਆ ਤੇ ਕਿਹੜਾ ਉਹਨਾਂ ਨੇ ਬਸ ਸਟੈਂਡ ਵਿੱਚ ਵਾਰ ਕਰਤਾ ਜੀ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੰਡਾ ਸਿੰਘ ਆ ਜੀ ਪ੍ਰਧਾਨ ਆ ਪੀ ਆਰ ਡੀ ਜਿੰਡ ਕਜੂਨ ਦਾ ਬਸ਼ਿੰਦਾ ਦਾ ਕੀ ਕਹਿਣਾ ਚਾਹੁੰਦੇ ਕਿ ਇੱਥੇ ਔਰਤ ਫਿਰਦੀਆਂ ਜਿਹੜੀ ਤੰਗ ਪਰੇਸ਼ਾਨ ਕਰੀ ਜਾਂਦੇ ਇਹ ਜਿਹੜੀ ਜਨਾਨੀ ਹੈ ਇਹ ਅੱਜ ਦੀ ਨਹੀਂ ਬਹੁਤ ਦਿਨਾਂ ਤੋਂ ਇੱਥੇ ਆ ਰਹੀ ਹੈ ਔਰ ਇਸ ਦੀ ਡਿੰਕਿੰਗ ਕੀਤੀ ਹੁੰਦੀ ਹੈ ਔਰ ਡਿੰਕਿੰਗ ਕਰਨ ਤੋਂ ਬਾਅਦ ਇਹ ਇੱਥੇ ਆਮ ਜਨਤਾ ਨੂੰ ਜਾਂ ਪੁਲਿਸ ਮੁਲਾਜ਼ਮ ਹੈ ਜਾਂ ਸਾਡੇ ਪੀ ਆਰ ਟੀ ਸੀ ਮੁਲਾਜ਼ਮ ਇੱਥੇ ਡਿਊਟੀਆਂ ਨੇ ਜਾਂ ਪ੍ਰਾਈਵੇਟ ਆਪਰੇਟਰ ਡਿਊਟੀਆਂ 'ਤੇ ਨੇ ਇਹਦਾ ਇਹ ਕੋਈ ਪਤਾ ਨਹੀਂ ਕਿ ਕਦੋਂ ਕਿਸੇ ਨੂੰ ਕੀ ਬੋਲੇ ਚੰਗਾ ਮੰਦਾ ਬੋਲੇ ਜਾਂ ਕਿਸੇ ਦੇ ਕੱਪੜੇ ਪਾੜਦੇ ਆਪਦੇ ਕੱਪੜੇ ਵੀ ਉਤਾਰ ਦਿੰਦੀ ਹੈ ਇਸ ਨੂੰ ਪੁਲਿਸ ਵਾਲਿਆਂ ਨੇ ਵੀ ਦੋ ਚਾਰ ਵਾਰੀ ਇੱਥੋਂ ਬੱਸ ਸਟੈਂਡ 'ਚੋਂ ਬਾਹਰ ਕੱਢਿਆ ਪਰ ਇਹ ਫਿਰ ਕਿਹੜਾ ਜੇ ਕਿੱਥੇ ਆ ਜਾਂਦੀ ਹੈ ਇਹ ਕਿਸੇ ਵੀ ਸਮੇਂ ਕਿਸੇ ਅਫਸਰ ਦੀ ਵੀ ਬੇਇੱਜ਼ਤੀ ਕਰ ਸਕਦੀ ਹੈ ਸਾਡੇ ਮੁਲਾਜ਼ਮਾਂ ਦੀ ਵੀ ਕਰ ਸਕਦੀ ਹੈ ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਕਹਿ ਚੁੱਕਾਂਗੇ ਇਸ ਜਨਾਨੀ ਨੂੰ ਇੱਥੇ ਅੱਡੇ 'ਚ ਆਉਣਾ ਬੰਦ ਕੀਤਾ ਜਾਵੇ ਜਾਂ ਕਿਸੇ ਤਰੀਕੇ ਨਾਲ ਇਸ ਨੂੰ ਫੜ ਕੇ ਕਿਤੇ ਇਹੋ ਜਿਹੀ ਜਗ੍ਹਾ ਭੇਜਿਆ ਜਾਵੇ ਤਾਂ ਕਿ ਬੱਸ ਸਟੈਂਡ ਨੂੰ ਟੰਡ ਨਾ ਕਰ ਸਕੇ ਇੱਥੇ ਲੇਡੀ ਮੁਸਾਫਰ ਵੀ ਹੁੰਦੇ ਹੈਗੇ ਹਾਂਜੀ ਔਰਤਾਂ ਵੀ ਹੁੰਦੀਆਂ ਇੱਥੇ ਮੁਸਾਫਰ ਆਹੋ ਉਹੀ ਕਹਿੰਦੇ ਨੇ ਕੱਪੜੇ ਅਸੀਂ ਇਹ ਕਹਿੰਦੇ ਨੇ ਕਿ ਬੱਸ ਸਟੈਂਡ ਦੇ ਵਿੱਚ ਹਰ ਤਰ੍ਹਾਂ ਦੇ ਮੁਲਾਜ਼ਮ ਸਵਾਰੀਆਂ ਲੇਡੀਜ਼ ਬੱਚੇ ਬੁੜੀਆਂ ਬਜ਼ੁਰਗ ਔਰਤਾਂ ਵੀ ਹੁੰਦੀਆਂ ਇਹਦਾ ਕੋਈ ਪਤਾ ਨਹੀਂ ਕਦੋਂ ਕਿ ਇਹ ਨਗਨ ਹੋ ਕੇ ਖੜ੍ਹ ਜਾਂਦੀ ਹੈ ਜਿਹਦੇ ਵਿੱਚ ਕਿ ਸਵਾਰੀਆਂ ਨੂੰ ਲੇਡੀਜ਼ ਔਰਤਾਂ ਨੂੰ ਵੀ ਦੇਖਣਾ ਮੁਸ਼ਕਲ ਹੋ ਜਾਂਦਾ ਇਨਸਾਨਾਂ ਨੂੰ ਤਾਂ ਦੇਖਣਾ ਦੇਖ ਕੇ ਵੱਖਰੀ ਗੱਲ ਹੀ ਹੈ ਦੋਨੋਂ ਹੀ ਮਾੜਾ ਪਰ ਲੇਡੀਜ਼ ਨੂੰ ਵੀ ਮੁਸ਼ਕਲ ਹੋ ਜਾਂਦਾ ਕਿ ਜਨਾਨੀਆਂ ਉੱਠ ਕੇ ਇੱਥੋਂ ਬੱਸ ਸਟੈਂਡ ਤੋਂ ਦੂਜੇ ਕਾਊਂਟਰਾਂ 'ਤੇ ਚਲੀਆਂ ਜਾਂਦੀਆਂ ਇਹ ਸਾਰਾ ਦਿਨ ਡਰਿੰਕਿੰਗ ਹੁੰਦੀ ਹੈ ਜੀ ਕਈ ਪਤਾ ਨਹੀਂ ਕਦੋਂ ਆਉਣਾ ਇਹਨੇ ਕਦੋਂ ਨਹੀਂ ਆਉਣਾ ਕੋਈ ਇਹਦਾ ਟਾਈਮ ਨਹੀਂ ਕੋਈ ਇਹਦਾ ਸਮਾਂ ਨਹੀਂ ਜਦੋਂ ਮਰਜ਼ੀ ਆ ਕੇ ਗੱਡੀ ਦੇ ਵਿੱਚ ਜੇ ਇੱਥੇ ਪੁਲਿਸ ਮੁਲਾਜ਼ਮ ਵੀ ਹੁੰਦੇ ਆ ਉਹਨਾਂ ਦੇ ਵੀ ਗਲਤ ਨੂੰ ਹੱਥ ਪਾਉਂਦੀ ਜਾਂਦੀ ਹੈ ਨਕਸ਼ਾ ਕਰਦੇ ਆ ਕੋਈ ਹੋਰ ਵੀ ਗਲਤ ਇਲਜ਼ਾਮ ਵੀ ਲਾ ਸਕਦੀ ਹੈ ਜੀ ਇਹ ਕਿਸੇ ਵੀ ਬੰਦੇ ਨੂੰ ਕੋਈ ਮੇਰੇ ਵਰਗਾ ਸ਼ਰੀਫ ਬੰਦਾ ਕੋਈ ਬਜ਼ੁਰਗ ਔਰਤ ਹੈ ਕੋਈ ਬਜ਼ੁਰਗ ਬੰਦਾ ਉਸ ਨੂੰ ਵੀ ਇਹ ਕਹਿ ਸਕਦੀ ਕਿ ਮੈਨੂੰ ਇਹਨੇ ਹੱਥ ਪਾਤਾ ਜੀ ਮੈਨੂੰ ਇਹ ਫੜ ਲਿਆ ਹੋ ਸਕਦਾ ਕਿਸੇ ਮੇਰੇ ਅੱਗੇ ਬਜ਼ੁਰਗ ਬੰਦੇ ਨੇ ਕਿਸੇ ਮੈਂ ਦਾੜੀ ਹੱਥ ਪਾ ਲਏ ਜਾਂ ਕਿਸੇ ਨੂੰ ਹੋਰ ਚੁੰਬੜ ਜੇ ਤਾਂ ਚੁੰਬੜ ਤੋਂ ਬਾਅਦ ਇਹ ਗੱਲ ਹੋਊਗੀ ਕਿ ਜਨਾਨੀ ਨੂੰ ਬੰਦੇ ਨੇ ਫੜ ਲਿਆ ਅਸੀਂ ਪ੍ਰਸ਼ਾਸਨ ਨੂੰ ਫਿਰ ਵਾਰ ਵਾਰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਲੋਕਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਹੋਏ ਇਸ ਜਨਾਨੀ ਨੂੰ ਬੱਸ ਸਟੈਂਡ 'ਤੇ ਆਉਣਾ ਬੰਦ ਕਰਾਇਆ ਜਾਵੇ